ਦਲੇਰ ਕੋਟੀ ਇਹ 12 ਪੋ ਨੂੰ ਸਾਹਿਬਜ਼ਾਦੇ ਭੱਜ ਕੇ ਆਏ ਮਾਤਾ ਗੁਜਰ ਕੌਰ ਦੀ ਸਾਰੀ ਰਾਤ ਫਿਰ ਬਾਣੀ ਪੜ੍ਹਦੇ ਰਹੇ ਥੋੜਾ ਚਿਰ ਆਰਾਮ ਕੀਤਾ ਤੇ ਸਵੇਰੇ ਸਾਹਿਬਜ਼ਾਦੇ ਚੱਲੇ ਮਾਤਾ ਨੂੰ ਪਤਾ ਸੀ ਅੱਜ ਗਏ ਮੁੜ ਕੇ ਨਹੀਂ ਆਉਣਾ ਮਾਤਾ ਨੇ ਬੁਚਕਾ ਚੁੱਕਿਆ ਗਠੜੀ ਜਿਹੜੀ ਨਾਲ ਲੈ ਕੇ ਆਈ ਸੀ ਮਾਤਾ ਜੀ ਨੇ ਕਿਹਾ ਗਠੜੀ ਦੇ ਵਿੱਚ ਨਾ ਇੱਕ ਇੱਕ ਜੋੜਾ ਨਵਾਂ ਮੈਂ ਰੱਖਿਆ ਹੈ ਜੋੜਾ ਜੋੜਾ ਪਜਾਮੀਆਂ ਸੋਹਣੇ ਚੋਲੇ ਸਿਰਾਂ ਤੇ ਬੰਨਣ ਵਾਲੀਆਂ ਪੱਗਾਂ ਮੈਂ ਨਵੀਆਂ ਰੱਖੀਆਂ ਸੀ ਮੈਨੂੰ ਪਤਾ ਸੀ ਆਹ ਦਿਨ ਆਉਣਾ ਹੈ ਮੈਂ ਉਦਣ ਦੇ ਤੁਹਾਨੂੰ ਪਵਾਏ ਨਹੀਂ ਇਹ ਕੱਪੜੇ ਮੈਂ ਅੱਜ ਪਵਾਉਣੇ ਨੇ ਕਿਉਂਕਿ ਅੱਜ ਤੁਸੀਂ ਜਾਣਾ ਹੈ ਸਦਾ ਸੁਣਿਓ ਵੇਖਿਓ ਉਹ ਇੱਕ ਇੱਕ ਜੋੜਾ ਮਾਤਾ ਜੀ ਨੇ ਪਵਾਇਆ ਹੀ ਨਹੀਂ ਸੀ ਉਦਣ ਦਾ ਉਹ ਪੁਰਾਣੇ ਕੱਪੜੇ ਹੀ ਸਨ ਉਦਣ ਦੇ ਪਾਏ ਜਿੱਦਣ ਦੇ ਆਨੰਦਪੁਰੋਂ ਤੁਰੇ ਸੀ ਬਸਤਰ ਨਹੀਂ ਬਦਲੇ ਮਾਤਾ ਜੀ ਨੇ ਅੱਜ ਮਾਤਾ ਜੀ ਕਹਿੰਦੇ ਨੇ ਉਹ ਗਠੜੀ ਕੱਢੀ ਮਾਤਾ ਜੀ ਤੁਸੀਂ ਆਹ ਕੱਪੜੇ ਰੱਖੇ ਸੀ ਸਾਨੂੰ ਬਦਲਾ ਕਹਿੰਦੇ ਅੱਜ ਲੋੜ ਹੈ ਕੱਪੜਿਆਂ ਦੀ ਇਤਿਹਾਸਕਾਰਾਂ ਨੇ ਕੇਸਰੀ ਤੇ ਕਈਆਂ ਨੇ ਨੀਲੇ ਚੋਲੇ ਵੀ ਦੱਸੇ ਆ ਵੀ ਚੋਲੇ ਨੀਲੇ ਸੀ ਉਦਣ ਪਾਏ ਕਮਰ ਕੱਸੇ ਕੀਤੇ ਛੋਟੀਆਂ ਛੋਟੀਆਂ ਦਸਤਾਰਾਂ ਤੇ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਸਜਾਈਆਂ ਸਾਹਿਬਜ਼ਾਦਿਆਂ ਨੇ ਮਾਵਾਂ ਸਾਰੀਆਂ ਤਿਆਰ ਕਰਕੇ ਤੋਰਦੀਆਂ ਜੇ ਇਹ ਸਵੇਰ ਦਾ ਦਿਨ ਆਉਣਾ ਹੈ ਇਹ ਜਿਹੜਾ ਕੱਲ੍ਹ ਆਉਣੀ ਸਵੇਰ ਸਭ ਬੀਬੀਆਂ ਆਪਣੇ ਬੱਚਿਆਂ ਨੂੰ ਪਹਿਲਾਂ ਤਿਆਰ ਕਰਦੀਆਂ ਨੇ ਤਿਆਰ ਕਰਕੇ ਨਾ ਬੱਚੇ ਦਾ ਮੂੰਹ ਧੀ ਦਾ ਪੁੱਤਰ ਦਾ ਏਦਾਂ ਹੱਥ 'ਚ ਲੈ ਕੇ ਨਾ ਆਪ ਹੀ ਮਨ ਚਾਹੁੰਦਾ ਵੀ ਨਜ਼ਰ ਹੀ ਨਾ ਲੱਗ ਜਾਏ ਕਿਸੇ ਮੇਰੀ ਕੋਈ ਨਜ਼ਰ ਨਾ ਲੱਗ ਜਾਏ ਇੰਨਾ ਫੱਬਦਾ ਬੱਚਾ ਭਾਵੇਂ ਕਾਲਾ ਕੋਝਾ ਕਿਉਂ ਨਾ ਹੋਵੇ ਗੁਰਮੁਖੋ ਉਹ ਮਾਂ ਦੀਆਂ ਅੱਖਾਂ ਨਾਲ ਵੇਖੋ ਉਹਨੂੰ ਸਾਰੀ ਦੁਨੀਆ ਨਾਲੋਂ ਉਹ ਬੱਚਾ ਪਿਆਰਾ ਲੱਗਦਾ ਉਹਦੀ ਮਾਂ ਦੀਆਂ ਅੱਖਾਂ ਨਾਲ ਵੇਖੋ ਆਪਾਂ ਤੇ ਆਪਣੇ ਹਿਸਾਬ ਨਾਲ ਵੇਖਦੇ ਹਾਂ ਨਾ ਕਿਹੋ ਜਿਹਾ ਮਰਜ਼ੀ ਹੋਵੇ ਬੱਚਾ ਪਰ ਬੱਚਾ ਉਹਦੀ ਮਾਂ ਦੀ ਅੱਖ ਨਾਲ ਵੇਖੋ ਉਹਦੇ ਜਿੰਨਾ ਉਹਨੂੰ ਕੋਈ ਨਹੀਂ ਪਿਆਰਾ ਲੱਗਦਾ ਜਿੰਨਾ ਉਹ ਸੋਹਣਾ ਲੱਗਦਾ ਪਿਆਰਾ ਲੱਗਦਾ ਤੇ ਮਾਤਾ ਜੀ ਨੇ ਜਦੋਂ ਬਸਤਰ ਸਜਾਏ ਤੋਰਨ ਲੱਗੀ ਨਾ ਤੇ ਫੱਬਦਿਆਂ ਨੂੰ ਵੇਖ ਕੇ ਮਾਤਾ ਜੀ ਨੇ ਫਿਰ ਘੁੱਟ ਕੇ ਛਾਤੀ ਨਾਲ ਲਾਇਆ ਘੁੱਟ ਕੇ ਛਾਤੀ ਨਾਲ ਲਾਇਆ ਤੇ ਏਦਾਂ ਸਿਰ ਤੇ ਦੋਵਾਂ ਦੇ ਹੱਥ ਰੱਖਿਆ ਬੋਲਿਆ ਨਹੀਂ ਗਿਆ ਗਲਾ ਰੁਕ ਗਿਆ ਨਿੱਕਿਆਂ ਨਿੱਕਿਆਂ ਨੂੰ ਪਾਲਿਆ ਸੀ ਮਾਤਾ ਜੀਤਾ ਜੀ ਪੌਣੇ ਤਿੰਨ ਸਾਲ ਦਾ ਫਤਿਹ ਸਿੰਘ ਛੱਡ ਕੇ ਸੱਚਖੰਡ ਚਲੇ ਗਏ ਸੀ ਜਦੋਂ ਤੁਰਨ ਲੱਗੇ ਕਹਿੰਦੇ ਨੇ ਮਾਤਾ ਜੀਤਾ ਨੇ ਯਾਦ ਕੀਤਾ ਮਾਤਾ ਗੁਜਰ ਕੌਰ ਨੇ ਨਹੀਂ ਜੀਤਾ ਧੀਏ ਅੱਜ ਤੂੰ ਜਿਉਂਦੀ ਹੁੰਦੀ ਨਾ ਤੇ ਆਪਣਿਆਂ ਲਾਲਾਂ ਨੂੰ ਵੇਖਦੀ ਵੇਖ ਸ਼ਹੀਦ ਹੋਣ ਚੱਲੇ ਵੇਖ ਕਿੰਨੇ ਫੱਬਦੇ ਨੇ ਅੱਜ ਇਹ ਤੇਰੇ ਲਾਲ ਤੇਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਮੈਂ ਅਰਜ਼ ਬੜੀ ਵਾਰੀ ਕਰਦਾ ਹੁੰਦਾ ਹਾਂ ਕਿ ਦੁੱਖ ਤੇ ਸੁੱਖ ਵਿੱਚ ਸਾਨੂੰ ਸਾਡੇ ਵਿਛੜੇ ਚੇਤਾ ਆਉਂਦੇ ਨੇ ਦੁੱਖ ਤੇ ਸੁੱਖ ਭਾਵੇਂ ਕਈ ਸਾਲ ਹੋ ਗਏ ਹੁਣ ਪਿਓ ਗਏ ਨੂੰ ਸਿਹਰੇ ਬੰਨਦੇ ਨੇ ਲੋਕ ਤੇ ਪਿਓ ਦਾ ਚੇਤਾ ਆ ਜਾਂਦਾ ਅੱਜ ਹੁੰਦਾ ਪੱਲਾ ਫੜਾਉਣ ਵੇਲੇ ਪਿਓ ਦੀ ਯਾਦ ਆ ਜਾਂਦੀ ਹੈ ਭਾਵੇਂ ਜਿੰਨਾ ਚਿਰ ਮਰਜ਼ੀ ਹੋ ਗਿਆ ਹੋਵੇ ਮਾਂ ਗਈ ਨੂੰ ਪਾਣੀ ਵਾਰਨ ਵੇਲੇ ਮਾਵਾਂ ਚੇਤੇ ਆਉਂਦੀਆਂ ਨੇ ਗੁਰੂ ਭੈਣਾਂ ਦੀ ਯਾਦ ਆ ਜਾਂਦੀ ਹੈ ਸਮਾਂ ਆਉਂਦਾ ਜਦੋਂ ਏਦਾਂ ਦੇ ਸਗਨ ਲੋਕ ਕਰਦੇ ਨੇ ਨਾ ਤੇ ਚੇਤਾ ਆ ਜਾਂਦਾ ਹੈ ਸੁੱਖਾਂ ਲੱਦਾ ਪੁੱਤਰ ਵਿਛੜ ਗਿਆ ਹੋਵੇ ਮਾਂ ਦਾ ਕਿਸੇ ਦੇ ਪੁੱਤਰ ਨੂੰ ਘੋੜੀ ਚੜਿਆ ਵਹਿੰਦੀ ਤੇ ਚੇਤਾ ਆਪਣਾ ਆ ਜਾਂਦਾ ਹੈ ਮਾਤਾ ਗੁਜਰ ਕੌਰ ਨੇ ਵੀ ਚੇਤਾ ਕੀਤਾ ਨਹੀਂ ਜੀਤਾ ਜੇ ਅੱਜ ਜਿਉਂਦੀ ਹੁੰਦੀ ਆਪਣਿਆਂ ਲਾਲਾਂ ਨੂੰ ਜਾਂਦੀ ਵਾਰੀ ਵੇਖ ਲੈਂਦੀ ਇਹ ਸਵੇਰ ਦਾ ਦਿਨ ਆਉਣਾ ਗੁਰਮੁਖੋ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਖੰਡੇ ਬੁਰਜ ਮਾਤਾ ਗੁਜਰ ਕੌਰ ਜੀ ਨੇ ਇਹ ਸਵੇਰ ਜ਼ਰੂਰ ਉਹ ਸਮੇਂ ਨੂੰ 308 ਸਾਲ ਪਹਿਲਾਂ ਸੁਰਤ ਲੈ ਕੇ ਜਾਇਓ ਜਰਾ ਇਹ ਅੱਜ ਰਾਤ ਸਾਰੀ ਮਾਤਾ ਜੀ ਕਿਵੇਂ ਕਿਵੇਂ ਆਰਾਮ ਨੀਂਦ ਆਈ ਹੋਣੀ ਹੈ ਜਿਹਨੂੰ ਪਤਾ ਵੀ ਸਵੇਰੇ ਜਾਣੇ ਨੇ ਮੇਰੇ ਬੱਚੇ ਇਹ ਵੀ ਪਤਾ ਵੀ ਇਹਨਾਂ ਮੁੜ ਕੇ ਨਹੀਂ ਆਉਣਾ ਬੱਚਾ ਥੋੜਾ ਜਿਹਾ ਲੇਟ ਹੋ ਜਾਏ ਮਾਂ ਮੁੜ ਮੁੜ ਬਾਹਰ ਜਾ ਕੇ ਵਹਿੰਦੀ ਹੈ ਜਿਹਨੂੰ ਪਤਾ ਮੇਰਿਆਂ ਨੇ ਮੁੜਨਾ ਹੀ ਨਹੀਂ ਵੇਖੋ ਜਰਾ ਸਵੇਰੇ ਤੁਰਨਗੇ ਠੰਡੇ ਬੁਰਜ
ਬੈਠੀ ਮਾਤਾ ਸ਼ਗਨ ਕਰੇ ਜੀ ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਜੀ ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਗੱਜ ਕੇ ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਨਿੱਕੇ ਨਿੱਕੀਆਂ ਕਲਗੀਆਂ ਲਗਾ ਕੇ ਤੁਰੇ ਨਿੱਕੇ ਨਿੱਕੀਆਂ ਕਲਗੀਆਂ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾ ਰੋਵੇ ਗਾਨੇ ਗੁੱਟਾਂ ਤੇ ਸ਼ਹੀਦੀਆਂ ਤੇ ਜੱਜ ਦੇ ਬੜੇ ਜੱਜ ਦੇ ਬੜੇ ਉਹ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਬੋਲੋ ਜੋਰਾਵਾਰ ਫਤਿਹ ਸਿੰਘ ਘੋੜੀ ਬੋਲ ਸਰਬਜੀ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ ਸਾਹਮਣੇ ਲੈ ਕੇ ਆਇਓ ਲਾਲਾ ਨੂੰ ਅੱਖਾਂ ਬੰਦ ਕਰਕੇ ਨਾ ਨਕਸ਼ਾ ਲੈ ਆਇਓ ਸਾਹਮਣਾ ਸਾਹਮਣੇ ਉਹ ਗੁਰਮੁਖੋ ਚਾ ਕੱਲ ਮੈਂ ਆਖਿਆ ਸੀ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਵਰਗੇ ਸੀ ਚਾਰਾਂ ਦੇ ਮੰਦਰੇ ਨੁਹਾਰ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ ਸੀ ਚਾਰੇ ਹੀ ਮਹਾਰਾਜ ਤੇ ਗਏ ਤੇ ਨਿੱਕੇ ਨਿੱਕੇ ਲਾਲ ਸਤਿਗੁਰ ਦੇ ਸਾਨੂੰ ਬੋਲੀ ਨਹੀਂ ਹੋ ਸਕਣਾ ਦੀ ਲੋੜ ਬਾਕੀ ਕਈ ਸਭ ਲੋੜ ਸੁਬੇ
ਖੜੇ ਕੰਬ ਗਏ ਜਲਾ ਹੱਥੀ ਤੇ ਸੇ ਫੜੇ ਤੇ ਸੇ ਫੜੇ ਉਹ ਜੋਰਾਵਰ ਅਤੇ ਸਿੰਘ ਕੋੜੀ ਜੜੇ ਜੋਰਾਵਰ ਅਤੇ ਵਹੁਟੀ ਮੌਤ ਨੂੰ ਸਜਾਵੇ ਸੁੱਚਾ ਨੰਦ ਗਾਰਾ ਪਾਵੇ ਵਹੁਟੀ ਮੌਤ ਨੂੰ ਸਜਾਵੇ ਸੁੱਚਾ ਨੰਦ ਗਾਰਾ ਪਾਵੇ ਵਹੁਟੀ ਮੌਤ ਨੂੰ ਸਜਾਵੇ ਸੁੱਚਾ ਨੰਦ ਗਾਰਾ ਪਾਵੇ ਵਹੁਟੀ ਮੌਤ ਨੂੰ ਸਜਾਵੇ ਭੈਣਿਆਂ ਹੀਰੇ ਕੰਧਾਂ ਚ ਜੜੇ ਸਵੇਰ ਵਾਲੇ ਦਿਨ ਗੁਰੂ ਹੋ ਧੰਨ ਗੁਰੂ ਗੋਬਿੰਦ ਸਿੰਘ ਦੇ ਹੀਰੇ ਪੁੱਤਰ ਉਹਨਾਂ ਨੇ ਕੰਧਾਂ ਚ ਜੜੇ ਭੈਣਿਆ ਦੇਖੋ 6 ਸਾਲ ਦੇ ਬੱਚੇ ਨੂੰ ਚੇਤਾ ਕਰਕੇ ਕਿੱਡਾ ਗੁੰਦਾ ਹੈ ਪੋਤਰਾ ਕਿੱਥੋਂ ਭੱਜ ਕੇ ਤੇਰੀ ਗੋਦੀ ਚੜ੍ਹਦਾ ਜੇ ਮਹਾਰਾਜ ਦਾ ਫਤਿਹ ਸਿੰਘ ਸ਼ਹੀਦ ਦਾ ਹੁੰਦਾ ਕਿੱਥੋਂ ਤੇਰੇ ਬੱਚੇ ਭੱਜ ਭੱਜ ਕੇ ਲਾਡ ਲਾਉਂਦੇ ਕਿੱਥੋਂ ਅੱਜ ਸਿਹਰੇ ਬੰਨ ਲੈਂਦੇ ਆਪਾਂ ਮਾਵਾਂ ਨੂੰ ਨਿੱਕਿਆਂ ਨਿੱਕਿਆਂ ਤੋਂ ਹੀ ਆਸਾਂ ਵੱਧ ਜਾਂਦੀਆਂ ਨੇ ਸ਼ਗਨ ਮਨਾਵਾਂਗੇ ਇੱਦਾਂ ਕਰਾਂਗੇ ਵੇਖੋ ਜਰਾ ਭੈਣਿਆਂ ਜਲਾਦ ਹੀਰੇ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਸਤਿਗੁਰ ਦੇ ਭੈਣਿਆਂ ਜਲਾਦਾ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ ਭੈਣਿਆਂ ਜਲਾਦਾ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ ਜਲਾਦਾ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ ਹੋ ਜੋਰਾਵਰ ਫਤਿਹ ਸਿੰਘ ਕੋਲੀ ਚੜੇ ਜੋਰਾਵਰ ਫਤਿਹ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੋਂ ਵਿਛੜੇ